ਮੂਲ ਕੀ ਜਾਣਕਾਰੀ ਹੈ ਪੰਜਾਬ ਬਜ਼ਾਰਤ ਦੀ ਇਹ ਮੀਟਿੰਗ ਜਾਰੀ ਹੈ ਬਿਲਕੁਲ ਪੰਜਾਬ ਵਿਜ਼ਾਰਤ ਦੀ ਅਹਿਮ ਬੈਠਕ ਜਿਹੜੀ ਕਿ ਉਹ ਸ਼ੁਰੂ ਹੋ ਚੁੱਕੀ ਹੈ ਕੁਝ ਹੀ ਦਿਰ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਸੈਕਟਰੀਏਟ ਪਹੁੰਚੇ ਜਿਸ ਤੋਂ ਬਾਅਦ ਇਹ ਵਿਜ਼ਾਰਤ ਦੀ ਬੈਠਕ ਜਿਹੜੀ ਕਿ ਸ਼ੁਰੂ ਹੋਈ ਹੈ ਹਾਲਾਂਕਿ ਮੁੱਖ ਤੌਰ ਤੇ ਏਜੰਡਾ ਜਿਹੜਾ ਕਿ ਅੱਜ ਹੀ ਸਾਹਮਣੇ ਆ ਰਿਹਾ ਹੈ ਕਿ ਜਿਹੜੀ ਸਬ ਕਮੇਟੀ ਹੈ ਸਬ ਕਮੇਟੀ ਵੱਲੋਂ ਆਪਣੀ ਰਿਪੋਰਟ ਪੇਸ਼ ਕੀਤੀ ਜਾ ਸਕਦੀ ਹੈ ਕਿਉਂਕਿ ਲਗਾਤਾਰ ਸਬ ਕਮੇਟੀ ਵੱਲੋਂ ਆਪਣੀ ਬੈਠਕਾਂ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਵਿੱਚ ਅਫਸਰ ਵੀ ਮੌਜੂਦ ਸੀਗੇ ਤੇ ਤਮਾਮ ਇਨ ਬੈਠਕਾਂ ਦੇ ਵਿੱਚ ਇੱਕ ਸਮੀਖਿਆ ਲਈ ਗਈ ਹੈ ਕਿ ਕਿਹੜੇ ਵਿਭਾਗ ਦੇ ਕਿੰਨੇ ਮੁਲਾਜ਼ਮ ਬਾਦ ਜੇਕਰ ਪੱਕਾ ਕਰ ਦਿੱਤਾ ਜਾਂਦਾ ਤਾਂ ਕੀ ਕੁਝ ਬੋਝ ਖਜ਼ਾਨੇ ਤੇ ਪੈ ਸਕਦਾ ਇਹ तमाम ਚੀਜ਼ਾਂ ਨੂੰ ਜਿਹੜਾ ਕੀ ਹੈ ਚੈੱਕ ਕਰਨ ਤੋਂ ਬਾਅਦ ਇਹਨਾਂ ਦੀ ਅਸੈਸੀਬਿਲਟੀ ਵੇਖਣ ਤੋਂ ਬਾਅਦ ਜਿਹੜਾ ਕਿ ਅੱਜ ਰਿਪੋਰਟ ਜਿਹੜੀ ਕਿ ਉਪੇਸ਼ ਕੀਤੀ ਜਾ ਸਕਦੀ ਹੈ ਅੱਜ ਦੀ ਇਸ ਬੈਠਕ ਦੇ ਵਿੱਚ ਤੇ ਉਮੀਦ ਹੈ ਕਿ ਇਸ ਬੈਠਕ ਤੋਂ ਬਾਅਦ ਕੱਚੇ ਮੁਲਾਜ਼ਮਾਂ ਲਈ ਛਤ ਪੰਜਾਬ ਦੇ 36000 ਕੱਚੇ ਮੁਲਾਜ਼ਮਾਂ ਲਈ ਕੋਈ ਖੁਸ਼ੀ ਦੀ ਖਬਰ ਜਿਹੜੀ ਕਿ ਹੈ ਇਸ ਬੈਠਕ ਤੋਂ ਬਾਅਦ ਜ਼ਰੂਰ ਨਿਕਲ ਸਕਦੀ ਹੈ ਹਾਲਾਂਕਿ ਜਿਹੜੇ ਕਿ ਹੋਰ ਵੀ ਏਜੰਡਾ ਇਸ ਬੈਠਕ ਦੇ ਵਿੱਚ ਹੋਣਗੇ ਲੇਕਿਨ ਮੁੱਖ ਤੌਰ ਤੇ ਹਜੇ ਤੱਕ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਕੱਚੇ ਲਾਜ਼ਮਨ ਨੂੰ ਲੈ ਕੇ ਕੋਈ ਵੱਡਾ ਫੈਸਲਾ ਅੱਜ ਦੀ ਕੈਬਨਿਟ ਬੈਠਕ ਦੇ ਵਿੱਚ ਜ਼ਰੂਰ ਲਿਆ ਜਾ ਸਕਦਾ ਹੈ ਸੋ ਬਿਲਕੁਲ ਮਰਮਲ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਭਾਵੇਂ ਪੁਰਾਣੀ ਸਰਕਾਰਾਂ ਦੀ ਗੱਲਬਾਤ ਕੀਤੀ ਜਾਏ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਨੇ ਕੱਚੇ ਮੁਲਾਜ਼ਮ ਵੱਖ-ਵੱਖ ਵਿਭਾਗਾਂ ਦੇ ਤੇ ਉੱਥੇ ਹੀ ਹੁਣੇ ਦੇਖਣਾ ਹੋਏਗਾ ਕਿ ਪਹਿਲਾਂ ਹੀ ਕਰਜ਼ੇ ਦੀ ਮਾਰ ਚੱਲ ਰਿਹਾ ਪੰਜਾਬ ਤਾਂ ਹੋਰ ਹੁਣ ਕਿਹੜੇ ਕਿਵੇਂ ਜਿਹੜਾ ਰੈਵਨਿਊ ਆ ਉਹ ਸੈੱਟ ਕੀਤਾ ਜਾਏਗਾ ਇਹਨਾਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਲਈ ਹਾਲਾਂਕਿ ਹੋਰ ਵੀ ਲਗਾਤਾਰ ਖਰਚੇ ਚੱਲ ਰਹੇ ਨੇ ਲੇਕਿਨ ਕੱਚੇ ਮੁਲਾਜ਼ਮਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ ਹਾਲਾਂਕਿ ਸਰਕਾਰ ਨੇ ਸਤਾ ਜਦੋਂ ਸਤਾ ਸੰਭਾਲਣੀ ਸੀ ਉਦੋਂ ਇਹ ਗੱਲਾਂ ਬਾਤਾਂ ਵੀ ਕੀਤੀਆਂ ਗਈਆਂ ਸੀ ਤਾਂ ਹ ਹੋ ਸਕਦਾ ਇਹਨਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਸਰਕਾਰ ਦਾ ਬਿਲਕੁਲ ਦੇਖੋ ਜਦੋਂ ਕੱਚੇ ਮਲਾਜ਼ਮਾਂ ਦੇ ਲਗਾਤਾਰ ਧਰਨੇ ਮੁਜ਼ਾਹਰੇ ਚੱਲ ਰਹੇ ਸੀਗੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਦੋਂ ਉਹ ਤੋਂ ਕੈਂਪੇਨਿੰਗ ਕੀਤੀ ਜਾਂਦੀ ਸੀਗੀ ਉਹਨਾਂ ਵੱਲੋਂ ਕਿਹਾ ਗਿਆ ਸੀਗਾ ਕਿ ਜੇਕਰ ਸਾਡੀ ਸਰਕਾਰ ਬਣਦੀ ਹੈ ਤਾਂ ਕੱਚੇ ਮਲਾਜ਼ਮਾਂ ਨੂੰ ਵੀ ਪੱਕੇ ਕੀਤਾ ਜਾਊਗਾ ਪੈਲ ਦੇ ਆਧਾਰ ਤੇ ਹੁਣ ਸਰਕਾਰ ਬਣ ਚੁੱਕੀ ਆ ਤਾਂ ਹੁਣ ਸਮਾਂ ਆਪਣਾ ਵਾਦਾ ਪੂਰਾ ਕਰਨ ਦਾ ਜਿਸ ਤੋਂ ਬਾਅਦ ਪਿਛਲੀ ਵਿਧਾਨ ਸਭਾ ਦੇ ਵਿੱਚ ਵੀ ਆਵਾਜ਼ ਉੱਠੀ ਸੀਗੀ ਹਾਲਾਂਕਿ ਸ਼ਰਮਣੀਆ ਕਾੜੀ ਦਲ ਵੱਲੋਂ ਆਵਾਜ਼ ਉਠਾਏ ਕਿਹਾ ਗਿਆ ਸੀਗਾ ਕਿ ਹਜੇ ਤੱਕ ਸਰਕਾਰ ਨਹੀਂ ਸੋਚ ਰਹੀ ਕੱਚੇ ਮਲਾਜ਼ਮਾਂ ਨੂੰ ਲੈ ਕੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਹ ਕਲੀਅਰ ਕੀਤਾ ਗਿਆ ਸੀਗਾ ਕਿ ਸਬ ਕਮੇਟੀ ਵੀ ਬਣਾਈ ਜਾਊਗੀ ਤੇ ਨਾਲ ਦੇ ਨਾਲ ਜਿਹੜੇ ਕੱਚੇ ਮੁਲਾਜ਼ਮਾ ਹਨ ਉਹਨਾਂ ਨੂੰ ਪੱਕਾ ਕਰਨ ਦੇ ਲਈ ਜੇਕਰ ਇੱਕ ਵੱਖਰੀ ਵਿਧਾਨ ਸਭਾ ਸੈਸ਼ਨ ਵੀ ਬੁਲਾਉਣਾ ਪੈਂਦਾ ਤਾਂ ਉਹ ਵੀ ਜ਼ਰੂਰ ਕੀਤਾ ਜਾ ਸਕਦਾ ਹੈ ਜਾਨਕਿ ਸਰਕਾਰ ਇਸ ਮਸਲੇ ਤੇ ਕਾਫੀ ਗੰਭੀਰ ਹੈ ਤੇ ਸਬ ਕਮੇਟੀ ਦੇ ਜਿਸ ਤਰੀਕੇ ਨਾਲ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਸੈਕਟਰੀਏਟ ਦੇ ਵਿੱਚ ਤਾਂ ਅੱਜ ਦੀ ਕੈਬਨਿਟ ਦੇ ਵਿੱਚ ਜ਼ਰੂਰ ਹਜੇ ਤੱਕ ਦੀ ਜਿਹੜੀ ਕਾਰਵਾਈ ਹੈ ਸਬ ਕਮੇਟੀ ਵੱਲੋਂ ਉਸ ਦੇ ਉੱਪਰ ਵੀ ਗੱਲਬਾਤ ਕੀਤੀ ਜਾ ਸਕਦੀ ਹੈ ਜਾਂ ਫਿਰ ਇੱਕ ਰਿਪੋਰਟ ਜਿਹੜੀ ਹੈ ਉਹ ਪੇਸ਼ ਕੀਤੀ ਜਾ ਸਕਦੀ ਹੈ ਜਿਸ ਤੋਂ ਬਾਅਦ ਕੱਚਾ ਮੁਲਾਜ਼ਮਾ ਦਾ ਪੱਕਾ ਕਰਨ ਦਾ ਜਿਹੜਾ ਸਿਲਸਿਲਾ ਹੈ ਉਹ ਵੀ ਸ਼ੁਰੂ ਕੀਤਾ ਜਾ ਸਕਦਾ ਹੈ अनमोल ਕੱਚੇ ਮਲਾਜ਼ਮਾਂ ਦੇ ਨਾਲ-ਨਾਲ ਹੋਰ ਖਾਸ ਤੌਰ ਤੇ ਕੋਈ ਜਾਣਕਾਰੀ ਮਿਲੇ ਕਿਹੜੇ ਮੁੱਦੇ ਉਠਾਈ ਜਾ ਸਕਦੇ ਨੇ ਜਾਂ ਫਿਰ ਬੀਤੇ ਦਿਨ ਦੀ ਜ਼ਿਕਰ ਮੈਂ ਗੱਲ ਕਰਾਂ ਕਿਉਂਕਿ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾਹ ਹੋਰਾਂ ਨੇ ਚਿੱਠੀ ਲਿਖੀ ਹੈ ਸੀਐਮ ਸਾਹਿਬ ਨੂੰ ਕਿ ਇੱਕ ਰੋਜਾ ਜਿਹੜਾ ਵਿਸ਼ੇਸ਼ ਇਜਲਾਸ ਹੈ ਉਹ ਸਰਦਿਆ ਜਾਵੇ ਜਿਸ ਦੇ ਵਿੱਚ ਬਰਗਾੜੀ ਤੇ ਬੇਅਦਬੀ ਮਾਮਲੇ ਦੇ ਵਿੱਚ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਤੇ ਜਲਦ ਜਲਦ ਇਸ ਮਾਮਲੇ ਨੂੰ ਨਿਬੇੜਨਾ ਚਾਹੀਦਾ ਇਸ ਬਾਬਤ ਵੀ ਕਿਤੇ ਨਾ ਕਿਤੇ ਹੋ ਸਕਦਾ ਕਿ ਅੱਜ ਅਹਿਮ ਫੈਸਲਾ ਲੈ ਸਕਦੀ ਹੈ ਪੰਜਾਬ ਜਰਦੀ ਇਹ ਅਹਿਮ ਮੀਟਿੰਗ ਹੈ ਜਿਹੜੀ ਜਿਸ ਦੇ ਵਿੱਚ ਫੈਸਲਾ ਲਿਆ ਜਾ ਸਕ ਜੇ ਬਿਲਕੁਲ ਗੁਰਪ੍ਰੀਤ ਦੇਖੋ ਤਾਂ ਸਾਰੀਆਂ ਸਪੈਕੂਲੇਸ਼ਨਸ ਨੇ ਕਿ ਕੀ ਕੁਝ ਜਿਹੜਾ ਕੇਸ ਕੈਬਨਟ ਦੇ ਵਿੱਚ ਹੋ ਸਕਦਾ ਹੈ ਹਜੇ ਤੱਕ ਜਿਹੜੀ ਜਾਣਕਾਰੀ ਮਿਲੀ ਹੈ ਕਿ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਤੋਂ ਰਿਲੇਟਡ ਅੱਜ ਦੀ ਬੈਠਕ ਦੇ ਚਰਚਾ ਕੀਤੀ ਜਾ ਸਕਦੀ ਹੈ ਹਾਲਾਂਕਿ ਕੋਈ ਫੈਸਲਾ ਆਣ ਵਾਲਾ ਕਿ ਨਹੀਂ ਆਣ ਵਾਲਾ ਇਹ ਵੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਬੈਠਕ ਤੋਂ ਬਾਅਦ ਹੀ ਇਹ ਚੀਜ਼ ਕਲੀਅਰ ਹੁੰਦੀ ਨਜ਼ਰ ਆਊਗੀ এজেন্ডਾਜ਼ ਹੋਰ ਵੀ ਹੋਣਗੇ ਲਾਜ਼ਮੀ ਗੱਲ ਹੈ ਲੇਕਿਨ ਉਹਨਾਂ ਦੇ ਬਾਰੇ ਹਜੇ ਤੱਕ ਕਿਸੇ ਤਰੀਕੇ ਦੀ ਜਾਣਕਾਰੀ ਜੜੀ ਕੇ ਬਾਹਰ ਨਹੀਂ ਦਿੱਤੀ ਗਈ ਹਨ ਮੂਲ ਕਿੰਨੇ ਕ ਟਾਈਮ ਹੋਇਆ ਇਹ ਮੀਟਿੰਗ ਸ਼ੁਰੂ ਹੋਈ ਜੋ ਬਿਲਕੁਲ 11:30 ਦੇ ਕਰੀਬੇ ਬੈਠਕ ਜਿਹੜੀ ਕਿ ਸ਼ੁਰੂ ਹੋ ਚੁੱਕੀ ਸੀਗੀ ਠੀਕ ਹੈ ਅਨਮੋਲ ਬਹੁਤ-ਬਹੁਤ ਸ਼ੁਕਰੀਆ ਤੁਮ ਜਾਣਕਾਰੀ ਦੀ ਸੱਚ ਪਹੁੰਚ ਲਈ ਸੋ ਦੱਸ ਦिए ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਗਵਾਈ ਦੇ ਵਿੱਚ ਮੀਟਿੰਗ ਚੱਲ ਰਹੀ ਹੈ ਹਾਲਾਂਕਿ ਮੇਨ ਜਿਹੜਾ ਏਜੰਡਾ ਹੈ ਉਹ ਇਹੀ ਹੈ ਕਿ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕਾ ਕਿਦਾਂ ਕਰਨਾ ਹੈ ਕਿਉਂਕਿ ਸਬ ਕਮੇਟੀ ਦੀ ਜਿਹੜੀ ਰਿਪੋਰਟ ਹੈ ਉਹ ਸੀਐਮ ਸਾਹਿਬ ਦੇ ਅੱਗੇ ਰੱਖੀ ਜਾ ਰਹੀ ਹੈ